ਜੇ ਡੇਰਾਵਾਦ ਪੰਜਾਬ 'ਚ ਬੰਦ ਕਰਾ ਦਿਓ, ਇਹਨਾਂ ਨੂੰ ਚੱਕ ਕੇ ਸਾੜ ਕੇ ਇਹਨਾਂ ਦੇ ਡੇਰੇ 'ਤੇ ਇਹਨਾਂ ਨੂੰ ਸਿੱਟ ਦਿਓ ਹਰੀਕੇ ਪੱਤਣ। ਇਹ ਡੇਰੇਵਾਦ ਵਾਲੇ ਜਿੰਨੇ ਬਾਬੇ ਆ ਇਕੱਠੇ ਕਰਕੇ ਮੇਰੀ ਇੱਕ ਵਾਰੀ ਇੰਟਰਵਿਊ ਕਰਾ ਹੋਇਆ ਨਾ, ਵੁਮਨਾਈਜ਼ਰ ਇਹ, ਸ਼ਰਾਬੀ ਕਵਾਬੀ ਇਹ, ਨਸ਼ੇੜੀ ਇਹ, ਇਹਨਾਂ ਨੂੰ ਚੱਕ ਕੇ ਸਾੜ ਕੇ ਇਹਨਾਂ ਦੇ ਡੇਰੇ 'ਤੇ ਇਹਨਾਂ ਨੂੰ ਸਿੱਟ ਦਿਓ ਹਰੀਕੇ ਪੱਤਣ 'ਚ। ਪੰਜਾਬ ਦੇ ਵਿੱਚ ਕਦੇ ਕੋਈ ਘਰ ਨਹੀਂ ਟੁੱਟੂਗਾ। ਤੁਸੀਂ ਸਰ ਡੇਰਿਆਂ ਦੀ ਗੱਲ ਕੀਤੀ, ਮੈਂ ਉਹੀ ਉਸੇ ਨੂੰ ਅੱਗੇ ਲੈ ਕੇ ਜਾਣਾ ਚਾਹੂੰਗੀ ਕਿ ਐਜੂਕੇਸ਼ਨ ਸਿਸਟਮ ਹੁਣ ਬਹੁਤ ਜ਼ਿਆਦਾ ਘੱਟ ਹੋ ਗਿਆ, ਸਕੂਲਾਂ ਨਾਲੋਂ ਵੱਧ ਡੇਰੇ ਖੁੱਲ੍ਹੇ ਹੋਏ ਆ, ਐਂਡ ਲੋਕਾਂ ਦਾ ਇੰਨਾ ਜ਼ਿਆਦਾ ਅੰਧ ਵਿਸ਼ਵਾਸ ਹੋਇਆ ਪਿਆ, ਲੋਕ ਇੰਨਾ ਆਪਦੀ ਜਿੰਨਾ ਮਤਲਬ ਇਨਕਮ ਮਤਲਬ ਅਣਗਿਣਤ ਇਨਕਮ ਉਹਨਾਂ ਨੂੰ ਦੇ ਰਿਹਾ ਜਸਟ ਕਿ ਹਾਂ ਸਾਡੇ ਨਾਲ ਆਹ ਚੰਗਾ ਹੋ ਜਾਵੇ, ਆਹ ਚੰਗਾ ਹੋ ਜਾਵੇ। ਵੇਖਿਆ ਸਰ ਇਹ ਚੀਜ਼, ਇਹ ਡੇਰੇਵਾਦ ਵਾਲੇ ਜਿੰਨੇ ਬਾਬੇ ਆ ਇਕੱਠੇ ਕਰਕੇ ਮੇਰੀ ਇੱਕ ਵਾਰੀ ਇੰਟਰਵਿਊ ਕਰਾ ਹੋਇਆ ਨਾ, ਕੁੰਡੀ ਲਓ ਲਾ, ਸਵਾਲ ਮੈਂ ਪੁੱਛੂੰਗਾ ਅਤੇ ਜੇ ਭਾਈਦੇ ਨੂੰ ਡੰਡੀ ਮਿਲ ਜਾਵੇ ਤਾਂ ਮੇਰਾ ਨਾਮ ਉਟਾ ਦਿਓ ਜੀ। ਇਹ ਲੋਕ ਇੰਨੇ ਕੁ ਤਮਾਸ਼ਬੀਨ ਨੇ, ਇੰਨੇ ਕੁ ਇਹ ਵੁਮਨਾਈਜ਼ਰ ਇਹ, ਸ਼ਰਾਬੀ ਕਵਾਬੀ ਇਹ, ਨਸ਼ੇੜੀ ਇਹ, ਗੁੰਡੇ ਇਹ, ਬਦਮਾਸ਼ ਇਹ, ਡਾਕੂ ਇਹ, ਲੁਟੇਰੇ ਇਹ, ਦੱਸੋ ਕਿਹੜਾ ਨਹੀਂ ਹੈਗਾ ਇਹਨਾਂ 'ਚੋਂ। ਦ ਪ੍ਰੋਬਲਮ ਇਜ਼ ਕਿ ਸਾਡੇ ਮਾਂ ਪਿਓ ਨੂੰ ਅਕਲ ਨਹੀਂ। ਤੁਹਾਨੂੰ ਅਕਲ ਹੈ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਆਪਣੇ ਮਾਂ ਬਾਪ ਨੂੰ ਕਹਿ ਸਕਦੇ ਹੋ ਕਿੱਥੇ ਭੱਜੀ ਫਿਰਦੀ ਬੀਬੀ, ਡੇਰੇ ਜਾ ਕੇ ਮਾਈ ਪਤਾ ਕੀ ਕਹੂਗੀ, ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਹੈ, ਉਹਦੀ ਸ਼ਰਾਬ ਹਟਾ ਦਿਓ, ਮੇਰੇ ਹੱਥ 'ਚ ਰਹਿ ਜੇ, ਮੇਰੇ ਵੱਸ 'ਚ ਹੋ ਜੇ, ਅਤੇ ਬਾਬਾ ਦਾ ਆਪ ਦਾਰੂ ਪੀ ਕੇ ਡੱਕ ਕੇ ਰਾਤ ਨੂੰ ਸੌਂਦਾ। ਸੋ ਕੁਐਸਚਨ ਇਹ ਹੈ ਕਿ ਆਪਾਂ ਕਦੇ ਵੀ ਜ਼ਿੰਦਗੀ ਜਦ ਤੱਕ ਗੁਰਬਾਣੀ ਦਾ, ਗੁਰੂ ਮਹਾਰਾਜ ਦਾ, ਪੀਰ ਪੈਗੰਬਰਾਂ ਦਾ, ਦੇਵੀ ਦੇਵਤਿਆਂ ਦਾ, ਸਾਰਿਆਂ ਦੇ ਕਹਿਣ 'ਤੇ ਆਪਾਂ ਨਹੀਂ ਚੱਲਦੇ, ਆਪਾਂ ਨੂੰ ਡੇਰੇਵਾਦਾਂ ਦੀ ਲੋੜ ਨਹੀਂ ਹੈ, ਉਸ ਪਰਮਾਤਮਾ ਦੀ ਲੋੜ ਹੈ। ਐ ਸਰੀਰਾ ਮੇਰਿਆ, ਤੁਝ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ, ਜਗ ਮੇ ਆ ਕੇ ਕਿਹਾ ਤੂੰ ਕਰਮ ਕਮਾਇਆ। ਆਨੰਦ ਸਾਹਿਬ ਦੇ ਵਿੱਚ ਤੁੱਕ ਆਉਂਦੀ ਹੈ ਅਤੇ ਐਂ ਲੱਗਦਾ ਵੀ ਚਪੇੜ ਮਾਰੀ ਰੱਬ ਨੇ ਹਟ ਕੇ। ਸੋ ਜਿਸ ਦਿਨ ਆਪਾਂ ਇਹ ਸਿੱਖ ਲਾਂਗੇ ਨਾ ਕਿ ਪਰਮਾਤਮਾ ਹੀ ਸਭ ਕੁਛ ਹੈ ਅਤੇ ਉਹਦਾ ਡਰ ਰੱਖਾਂਗੇ, ਆਪਾਂ ਨੂੰ ਡੇਰਿਆਂ ਦੀ ਲੋੜ ਹੀ ਨਹੀਂ ਪੈਣੀ, ਆਪਾਂ ਵੈਸੇ ਚੰਗੇ ਇਨਸਾਨ ਬਣ ਜਾਂਗੇ। ਜ਼ਰਫ ਅਲਫਾਜ਼ ਕਿਹਨੇ ਇਸਤੇਮਾਲ ਕੀਤੇ? ਸਾਡੇ ਵੱਡ ਵਡੇਰਿਆਂ ਨੇ। ਮੈਂ ਸ਼ਰਤ ਲਾ ਕੇ ਕਹਿੰਦਾ, ਜੇ ਡੇਰਾਵਾਦ ਪੰਜਾਬ 'ਚ ਬੰਦ ਕਰਾ ਦਿਓ, ਇਹਨਾਂ ਨੂੰ ਚੱਕ ਕੇ ਸਾੜ ਕੇ ਇਹਨਾਂ ਦੇ ਡੇਰੇ 'ਤੇ ਇਹਨਾਂ ਨੂੰ ਸਿੱਟ ਦਿਓ ਹਰੀਕੇ ਪੱਤਣ 'ਚ, ਪੰਜਾਬ ਦੇ ਵਿੱਚ ਕਦੇ ਕੋਈ ਘਰ ਨਹੀਂ ਟੁੱਟੂਗਾ। ਘਰ ਟੁੱਟਦੇ ਹੀ ਤਾਂ ਹੈ, ਮੇਰੇ ਘਰ ਨਾ ਹੋ ਚੁੱਕੀ ਹੈ, ਮੈਂ ਤਾਂ ਤੁਹਾਨੂੰ ਕਹਿ ਰਿਹਾ। ਡੇਰਿਆਂ ਦੀ ਗੱਲ ਕੀਤੀ ਸਰ, ਜਿੱਦਾਂ ਹੁਣ ਐਜੂਕੇਸ਼ਨ, ਇਹ ਡੇਰੇਵਾਦ 'ਤੇ ਜਾ ਕੇ ਹੀ ਨਾ ਇਹਨਾਂ ਨੇ ਸਿਖਾਇਆ ਹੈ, ਉਂਗਲੀਆਂ ਤੇਰਾ ਰਾ ਘਰ ਵਾਲਾ ਫਲਾਨੀ ਨਾਲ ਤੁਰਿਆ ਫਿਰਦਾ, ਭਾਵਾਂ ਉਹ ਵਿਚਾਰਾ ਦਫ਼ਤਰ 'ਚ ਗਿਆ ਹੈ, ਘਰ ਆਇਆ ਸਿੱਧਾ, ਪਰ ਜਨਾਨੀ ਦੇ ਦਿਮਾਗ 'ਚ ਪਾਤ ਹੈ ਔਰਤ ਦੇ ਕਿ ਤੇਰਾ ਘਰ ਵਾਲਾ ਕਿੱਥੋਂ ਆਇਆ ਹੈ। ਇਹ ਡੇਰੇਵਾਦ ਵਾਲਿਆਂ ਦੇ, ਬਾਬਿਆਂ ਦੇ ਕੰਮ ਨਹੀਂ, ਮੈਂ ਇਹਨਾਂ 'ਚ ਰਿਹਾ, ਮੈਂ ਦੇਖਿਆ। ਸੋ ਮੈਂ ਸਮਝਦਾ ਆਹ ਕੰਨ ਕਦੇ ਕੱਚੇ ਨਹੀਂ ਹੋਣੇ ਚਾਹੀਦੇ। ਤੁਸੀਂ ਸਰ ਡੇਰਿਆਂ ਦੀ ਗੱਲ ਕੀਤੀ, ਮੈਂ ਉਹੀ ਉਸੇ ਨੂੰ ਅੱਗੇ ਲੈ ਕੇ ਜਾਣਾ ਚਾਹੂੰਗੀ ਕਿ ਐਜੂਕੇਸ਼ਨ ਸਿਸਟਮ ਹੁਣ ਬਹੁਤ ਜ਼ਿਆਦਾ ਘੱਟ ਹੋ ਗਿਆ, ਸਕੂਲਾਂ ਨਾਲੋਂ ਵੱਧ ਡੇਰੇ ਖੁੱਲ੍ਹੇ ਹੋਏ ਆ, ਐਂਡ ਲੋਕਾਂ ਦਾ ਇੰਨਾ ਜ਼ਿਆਦਾ ਅੰਧ ਵਿਸ਼ਵਾਸ ਹੋਇਆ ਪਿਆ, ਲੋਕ ਇੰਨਾ ਆਪਦੀ ਜਿੰਨਾ ਮਤਲਬ ਇਨਕਮ ਮਤਲਬ ਅਣਗਿਣਤ ਇਨਕਮ ਉਹਨਾਂ ਨੂੰ ਦੇ ਰਿਹਾ ਜਸਟ ਕਿ ਹਾਂ ਸਾਡੇ ਨਾਲ ਆਹ ਚੰਗਾ ਹੋ ਜਾਵੇ, ਆਹ ਚੰਗਾ ਹੋ ਜਾਵੇ। ਵੇਖਿਆ ਸਰ ਇਹ ਚੀਜ਼, ਇਹ ਡੇਰੇਵਾਦ ਵਾਲੇ ਜਿੰਨੇ ਬਾਬੇ ਆ ਇਕੱਠੇ ਕਰਕੇ ਮੇਰੀ ਇੱਕ ਵਾਰੀ ਇੰਟਰਵਿਊ ਕਰਾ ਹੋਇਆ ਨਾ, ਕੁੰਡੀ ਲਓ ਲਾ, ਸਵਾਲ ਮੈਂ ਪੁੱਛੂੰਗਾ ਅਤੇ ਜੇ ਭਾਈਦੇ ਨੂੰ ਡੰਡੀ ਮਿਲ ਜਾਵੇ ਤਾਂ ਮੇਰਾ ਨਾਮ ਉਟਾ ਦਿਓ ਜੀ। ਇਹ ਲੋਕ ਇੰਨੇ ਕੁ ਤਮਾਸ਼ਬੀਨ ਨੇ, ਇੰਨੇ ਕੁ ਇਹ
ਵੁਮਨਾਈਜ਼ਰ ਇਹ, ਸ਼ਰਾਬੀ ਕਵਾਬੀ ਇਹ, ਨਸ਼ੇੜੀ ਇਹ, ਗੁੰਡੇ ਇਹ, ਬਦਮਾਸ਼ ਇਹ, ਡਾਕੂ ਇਹ, ਲੁਟੇਰੇ ਇਹ, ਦੱਸੋ ਕਿਹੜਾ ਨਹੀਂ ਹੈਗਾ ਇਹਨਾਂ 'ਚੋਂ? ਦ ਪ੍ਰੋਬਲਮ ਇਜ਼ ਕਿ ਸਾਡੇ ਮਾਂ ਪਿਓ ਨੂੰ ਅਕਲ ਨਹੀਂ। ਤੁਹਾਨੂੰ ਅਕਲ ਹੈ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਆਪਣੇ ਮਾਂ ਬਾਪ ਨੂੰ ਕਹਿ ਸਕਦੇ ਹੋ ਕਿੱਥੇ ਭੱਜੀ ਫਿਰਦੀ ਬੀਬੀ। ਡੇਰੇ ਜਾ ਕੇ ਮਾਈ ਪਤਾ ਕੀ ਕਹੂਗੀ, ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ, ਉਹਦੀ ਸ਼ਰਾਬ ਹਟਾ ਦਿਓ, ਮੇਰੇ ਹੱਥ 'ਚ ਰਹਿ ਜੇ, ਮੇਰੇ ਵੱਸ 'ਚ ਹੋ ਜੇ। ਅਤੇ ਬਾਬਾ ਤਾਂ ਆਪ ਦਾਰੂ ਪੀ ਕੇ ਡੱਕ ਕੇ ਰਾਤ ਨੂੰ ਸੌਂਦਾ। ਸੋ ਕੁਐਸਚਨ ਇਹ ਹੈ ਕਿ ਆਪਾਂ ਕਦੇ ਵੀ ਜ਼ਿੰਦਗੀ ਜਦ ਤੱਕ ਗੁਰਬਾਣੀ ਦਾ, ਗੁਰੂ ਮਹਾਰਾਜ ਦਾ, ਪੀਰ ਪੈਗੰਬਰਾਂ ਦਾ, ਦੇਵੀ ਦੇਵਤਿਆਂ ਦਾ, ਸਾਰਿਆਂ ਦੇ ਕਹਿਣ 'ਤੇ ਆਪਾਂ ਨਹੀਂ ਚੱਲਦੇ, ਆਪਾਂ ਨੂੰ ਡੇਰੇਵਾਦਾਂ ਦੀ ਲੋੜ ਨਹੀਂ ਹੈ, ਉਸ ਪਰਮਾਤਮਾ ਦੀ ਲੋੜ ਹੈ। ਐ ਸਰੀਰਾ ਮੇਰਿਆ, ਤੁਝ ਮੇਂ ਜੋਤ ਰੱਖੀ, ਤਾਂ ਤੂੰ ਜਗ ਮੇਂ ਆਇਆ। ਜਗ ਮੇਂ ਆ ਕੇ ਕਿਹਾ ਤੂੰ ਕਰਮ ਕਮਾਇਆ, ਆਨੰਦ ਸਾਹਿਬ ਦੇ ਵਿੱਚ ਤੁੱਕ ਆਉਂਦੀ ਹੈ, ਅਤੇ ਐਂ ਲੱਗਦਾ ਵੀ ਚਪੇੜ ਮਾਰੀ ਰੱਬ ਨੇ ਹਟ ਕੇ। ਸੋ ਜਿੱਦਣ ਆਪਾਂ ਇਹ ਸਿੱਖ ਲਾਂਗੇ ਨਾ ਕਿ ਪਰਮਾਤਮਾ ਹੀ ਸਭ ਕੁਛ ਹੈ, ਅਤੇ ਉਹਦਾ ਡਰ ਰੱਖਾਂਗੇ, ਆਪਾਂ ਨੂੰ ਡੇਰਿਆਂ ਦੀ ਲੋੜ ਹੀ ਨਹੀਂ ਪੈਣੀ, ਆਪਾਂ ਵੈਸੇ ਚੰਗੇ ਇਨਸਾਨ ਬਣ ਜਾਂਗੇ। ਜ਼ਰਫ ਅਲਫਾਜ਼ ਕਿਹਨੇ ਇਸਤੇਮਾਲ ਕੀਤੇ? ਸਾਡੇ ਵੱਡ ਵਡੇਰਿਆਂ ਨੇ। ਮੈਂ ਸ਼ਰਤ ਲਾ ਕੇ ਕਹਿੰਦਾ, ਜੇ ਡੇਰਾਵਾਦ ਪੰਜਾਬ 'ਚ ਬੰਦ ਕਰਾ ਦਿਓ, ਇਹਨਾਂ ਨੂੰ ਚੱਕ ਕੇ ਸਾੜ ਕੇ ਇਹਨਾਂ ਦੇ ਡੇਰੇ 'ਤੇ ਇਹਨਾਂ ਨੂੰ ਸਿੱਟ ਦਿਓ ਹਰੀ ਕੇ ਪੱਤਣ 'ਚ, ਪੰਜਾਬ ਦੇ ਵਿੱਚ ਕਦੇ ਕੋਈ ਘਰ ਨਹੀਂ ਟੁੱਟੂਗਾ। ਘਰ ਟੁੱਟਦੇ ਹੀ ਤਾਂ ਹੈ, ਮੇਰੇ ਘਰ ਨਾ ਹੋ ਚੁੱਕੀ ਹੈ, ਮੈਂ ਤਾਂ ਤੁਹਾਨੂੰ ਕਹਿ ਰਿਹਾ। ਡੇਰਿਆਂ ਦੀ ਗੱਲ ਕੀਤੀ ਸਰ, ਜਿੱਦਾਂ ਹੁਣ ਐਜੂਕੇਸ਼ਨ, ਇਹ ਡੇਰੇਵਾਦ 'ਤੇ ਜਾ ਕੇ ਹੀ ਨਾ ਇਹਨਾਂ ਨੇ ਸਿਖਾਇਆ ਹੈ। ਉਂਗਲੀਆਂ ਤੇਰਾ ਰਾ ਘਰ ਵਾਲਾ ਫਲਾਨੀ ਨਾਲ ਤੁਰਿਆ ਫਿਰਦਾ, ਭਾਵਾਂ ਉਹ ਵਿਚਾਰਾ ਦਫ਼ਤਰ 'ਚ ਗਿਆ ਹੈ, ਘਰ ਆਇਆ ਸਿੱਧਾ, ਪਰ ਜਨਾਨੀ ਦੇ ਦਿਮਾਗ 'ਚ ਪਾਤ ਹੈ ਔਰਤ ਦੇ ਕਿ ਤੇਰਾ ਘਰ ਵਾਲਾ ਕਿੱਥੋਂ ਆਇਆ। ਇਹ ਡੇਰੇਵਾਦ ਵਾਲਿਆਂ ਦੇ, ਬਾਬਿਆਂ ਦੇ ਕੰਮ ਨਹੀਂ, ਮੈਂ ਇਹਨਾਂ 'ਚ ਰਿਹਾ, ਮੈਂ ਦੇਖਿਆ। ਸੋ ਮੈਂ ਸਮਝਦਾ ਆਹ ਕੰਨ ਕਦੇ ਕੱਚੇ ਨਹੀਂ ਹੋਣੇ ਚਾਹੀਦੇ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।